ਭਗਵੰਤ ਮਾਨ ਦੀ ਰਹਿੰਦੀ ਹੈ ਕਦੀ ਇਹਨਾਂ ਦੇ ਧਰਮ ਅਸੀਂ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹਾਂ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਇਸ ਸਮੇਂ ਹਮ ਖੜੇ ਹੈ ਪਟਿਆਲਾ ਇਹ ਬੱਸ ਸਟੈਂਡ ਕੇ ਬਿਲਕੁਲ ਬਾਹਰ ਜੋ ਹੈ ਲੋਗੋ ਨੇ PRTC ਕੀ ਬੱਸਾਂ ਕੋ ਰੋਕ ਦਿਆ ਹੈ ਔਰ ਹਾਈਵੇ ਪੇ ਇੱਕ ਲੰਬਾ ਜਾਮ ਜੋ ਹੈ ਵੋ ਲਗਤਾ ਜਾ ਰਹਾ ਹੈ ਇਸ ਮੇਂ ਸੇ ਦੋ ਬੱਸਾਂ ਜੋ ਹੈ ਹਾਈਵੇ ਕੇ ਉੱਪਰ ਖੜੀ ਹੋਈ ਹੈ ਲੋਗੋ ਕਾ ਕਹਿਣਾ ਇਹ ਹੈ ਕਿ ਇਹ ਬੱਸਾਂ ਆਲਰੇਡੀ ਜੋ ਚੰਡੀਗੜ੍ਹ ਸੇ ਚਲਤੀ ਹੈ ਤੋ ਪੂਰੀ ਫੁੱਲ ਹੋ ਕਰ ਆਤੀ ਹੈ ਤੋ ਬੀਚ ਮੇਂ ਜੋ ਸਵਾਰੀਆਂ ਹੈ ਉਨਕੋ ਵੋ ਆਪਣੇ ਡੈਸਟੀਨੇਸ਼ਨ ਤੱਕ ਕੈਸੇ ਪਹੁੰਚੇਗੀ ਇਹ ਆਪ ਤਸਵੀਰਾਂ ਦੇਖ ਰਹੇ ਹੈ ਕਿ ਹਾਈਵੇ ਕੇ ਉੱਪਰ ਇਹ ਬੱਸਾਂ ਲਗਾਈ ਹੋਈ ਹੈ ਲੋਗੋ ਨੇ ਜਾਮ ਲਗਾ ਦਿਆ ਹੈ ਔਰ ਇਹ ਬੱਸ ਸਟੈਂਡ ਹੈ ਜ਼ੀਰਕਪੁਰ ਕਾ ਤਿੰਨ ਸੇ ਚਾਰ ਬੱਸਾਂ ਯਹਾਂ ਪਰ ਹੈ ਵਿੱਚ ਬਾਜ਼ਾਰ ਲੋਕਾਂ ਨੇ ਘੇਰ ਰੋਕੀਆਂ PRTC ਦੀਆਂ ਬੱਸਾਂ ਫਿਰ ਬੱਸਾਂ ਅੱਗੇ ਬੈਠ ਕੇ ਕੀਤਾ ਪ੍ਰਦਰਸ਼ਨ ਦੱਸਦੇ ਕਿ ਲੋਕਾਂ ਨੇ ਇਸ ਸੰਬੰਧੀ ਕਿਹਾ ਕਿ ਉਹਨਾਂ ਨੂੰ ਬੱਸ ਦੇ ਵਿੱਚੋਂ ਉਤਾਰ ਦਿੱਤਾ ਗਿਆ ਕਿਉਂਕਿ ਬੱਸ ਅੰਦਰ 52 ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾ ਰਹੀਆਂ ਜਿਸ ਕਰਕੇ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜੇ ਇਹ ਬੱਸਾਂ ਸਾਨੂੰ ਨਹੀਂ ਲਿਜਾਣਗੀਆਂ ਤਾਂ ਅਸੀਂ ਆਪਣੇ ਵਾਪਸ ਘਰ ਕਿਵੇਂ ਜਾਵਾਂਗੇ
ਇਸ ਲਈ ਇਹਨਾਂ ਵੱਲੋਂ ਇਹ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਬੱਸ ਆਪਰੇਟਰਾਂ ਨੇ ਆਪਣਾ ਨਵਾਂ ਰੂਲ ਕੱਢਿਆ ਕਿ 52 ਸਵਾਰੀਆਂ ਤੋਂ ਵੱਧ ਉਹ ਬੱਸ ਦੇ ਵਿੱਚ ਕੋਈ ਵੀ ਸਵਾਰੀ ਨਹੀਂ ਚੜ੍ਹਾਉਣਗੇ, ਜਿਸ ਕਾਰਨ ਇਹਨਾਂ ਵੱਲੋਂ ਮੌਕੇ 'ਤੇ ਵਾਧੂ ਸਵਾਰੀਆਂ ਨੂੰ ਨੀਚੇ ਉਤਾਰ ਦਿੱਤਾ ਗਿਆ। ਜਿਸ ਤੋਂ ਬਾਅਦ ਗੁੱਸੇ ਹੋਏ ਸਵਾਰੀਆਂ ਨੇ ਇਹ PRTC ਬੱਸਾਂ ਨੂੰ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਮੌਕੇ 'ਤੇ ਭਾਰੀ ਜਾਮ ਲੱਗ ਜਾਂਦਾ। ਫਿਰ ਮੌਕੇ 'ਤੇ ਪੁਲਿਸ ਦੀ ਟੀਮ ਪਹੁੰਚਦੀ ਹੈ ਅਤੇ ਇਹਨਾਂ ਨੂੰ ਇੱਥੋਂ ਹਟਾਇਆ ਜਾਂਦਾ, ਜਿਸ ਕਾਰਨ ਕਾਫੀ ਹੰਗਾਮਾ ਹੋ ਜਾਂਦਾ ਅਤੇ ਫਿਰ ਪੁਲਿਸ ਵੱਲੋਂ ਲੋਕਾਂ ਨੂੰ ਬੱਸਾਂ ਦੇ ਵਿੱਚ ਵੀ ਬਿਠਾ ਦਿੱਤਾ ਜਾਂਦਾ। ਇਸ ਸੰਬੰਧੀ ਇੱਕ ਸਵਾਰੀ ਨੇ ਕਿਹਾ ਕਿ ਉਸਨੇ ਰਾਜਪੁਰੇ ਜਾਣਾ ਹੈ ਅਤੇ ਇਸ ਦੇ ਨਾਲ ਕੁਝ ਹੋਰ ਸਵਾਰੀਆਂ ਨੇ, ਉਹਨਾਂ ਨੇ ਕਿਸੇ ਹੋਰ ਜਗ੍ਹਾ 'ਤੇ ਜਾਣਾ ਹੈ, ਜੇਕਰ ਇਹ ਸਾਨੂੰ ਵਾਪਸ ਨਹੀਂ ਲਿਜਾਉਣਗੇ ਤਾਂ ਇਹ ਆਪਣੇ ਘਰ ਕਿੱਦਾਂ ਜਾਣਗੇ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਮਾਹੌਲ ਸ਼ਾਂਤ ਕਰਵਾ ਕੇ ਇਹਨਾਂ ਸਵਾਰੀਆਂ ਨੂੰ ਫਿਰ ਤੋਂ ਬੱਸ ਦੇ ਵਿੱਚ ਬੈਠ ਕੇ ਰਵਾਨਾ ਕਰ ਦਿੱਤਾ ਜਾਂਦਾ। ਤਾਂ ਦੱਸ ਦਈਏ ਕਿ ਜ਼ੀਰਕਪੁਰ ਬੱਸ ਸਟੈਂਡ ਦੇ ਕੋਲ ਇਹ ਭਾਰੀ ਹੰਗਾਮਾ ਹੋਇਆ ਜਿੱਥੇ 52 ਸੀਟਾਂ ਤੋਂ ਵੱਧ ਬੱਸਾਂ ਵੱਲੋਂ ਕੋਈ ਵੀ ਸਵਾਰੀ ਨਹੀਂ ਚੜ੍ਹਾਈ ਜਾ ਰਹੀ ਸੀ, ਇਸ ਕਾਰਨ ਇਹਨਾਂ ਨੂੰ ਨੀਚੇ ਉਤਾਰ ਦਿੱਤਾ ਗਿਆ। ਤਾਂ ਗੁੱਸੇ ਵਿੱਚ ਆ ਕੇ ਇਹਨਾਂ ਸਵਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਬੱਸਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਤਾਂ ਮੌਕੇ 'ਤੇ ਮਾਹੌਲ ਭਗਦਾ ਵੇਖ ਕੇ ਪੁਲਿਸ ਦੀ ਟੀਮ ਪਹੁੰਚਦੀ ਹੈ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ। ਆਪਣਾ ਨਾਮ ਨਿਸ਼ਾਨ ਸਿੰਘ ਜੀ। ਨਿਸ਼ਾਨ ਜੀ, ਕਿੱਧਰ ਜਾਣਾ ਤੁਸੀਂ? ਅਸੀਂ ਜਾਣਾ ਰਾਜਪੁਰੇ ਜੀ। PRTC ਵਾਲੇ ਦੇ ਕਾਨੂੰਨ ਬਹੁਤ ਗਲਤ ਹੋ ਰਹੇ ਨੇ ਜਨਾਬ, ਕਿਉਂ ਬਹੁਤ ਲੇਡੀਜ਼ ਪਰੇਸ਼ਾਨ ਹੋ ਰਹੀ ਹੈ। ਚੰਗੀ ਗੱਲ ਨਹੀਂ ਹੈਗੀ ਕਿਸੇ ਠੰਡ 'ਚ ਆਪਣੇ ਘਰ ਜਾਣਾ। ਸਾਨੂੰ ਇਹੀ ਬੇਨਤੀ ਹੈ ਵੀ ਬੱਸਾਂ ਰੋਕ ਜ਼ਰੂਰ ਗਈਆਂ ਨੇ ਪਰ ਬੇਨਜਾਇਜ਼ ਰੁਕੀਆਂ ਨੇ, ਸਵਾਰੀ ਨਹੀਂ ਉੱਪਰ ਬਿਠਾ ਰਹੇ। ਸਵਾਰੀ ਨਹੀਂ ਬਿਠਾ ਰਹੇ? ਨਹੀਂ, ਸਵਾਰੀ ਦੀ ਮੰਗ ਇਹੀ ਹੈ ਵੀ ਸਾਨੂੰ ਬੱਸ 'ਤੇ ਬਿਠਾਇਆ ਜਾਵੇ। ਕਹਿ ਕੀ ਰਹੇ ਸਵਾਰੀ ਨਾ ਬਿਠਾਉਣ ਦੇ ਵਿੱਚ? ਜੀ ਅਸੀਂ 52 ਸੀਟਰ ਤੋਂ ਵੱਧ ਸਵਾਰੀ ਨਹੀਂ ਬਿਠਾਉਣੀ। ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜੇ ਹੋਏ? ਡੇਢ ਘੰਟੇ ਕਿੰਨੀ ਬੱਸਾਂ ਆਈਆਂ? ਟੋਟਲ ਹੋ ਚੁੱਕੀਆਂ, ਦੋ ਰੋਡ ਤੇ ਖੜੀਆਂ, ਚਾਰ ਜਾ ਚੁੱਕੀਆਂ ਪਹਿਲਾਂ। ਉਹ ਰੋਕੀਆਂ ਨਹੀਂ, ਸਵਾਰੀ ਕਿਸੇ ਨੇ ਨਹੀਂ ਬਿਠਾਈ, ਗੇਟ ਸਭ ਕੇ ਬੰਦ ਹੈ, ਸਵਾਰੀ ਕਿਸੇ ਨੇ ਨਹੀਂ ਬਿਠਾਈ, ਕੋਈ ਨਹੀਂ ਗੇਟ ਖੋਲ ਰਿਹਾ। ਜਿਹੜੀ 52 ਸੀਟਾਂ 52 ਕੀ 52 43 ਫੁੱਲ ਹੋ ਕੇ ਆ ਰਹੀਆਂ, ਬੀਚ ਵਾਲੇ ਬੰਦੇ ਕਹਾਂ ਜਾਏਂਗੇ? ਲਿਖਾ ਕੌਣ ਇਸ਼ੂ ਕਿਟ ਤੁਹਾਡੀ ਹੈ, ਕੌਣ ਹੈ ਕੁਛ ਨਹੀਂ ਪਤਾ। ਬੱਸ ਪਿੱਛੇ ਤੋਂ ਹੀ ਫੁੱਲ ਆਈ ਹੈ, ਜਿਹੜੇ ਅੱਗੇ ਖੜੇ ਸੀਗੇ ਉਹਨਾਂ ਨੇ ਆ ਕੇ ਬੱਸਾਂ ਰੋਕੀਆਂ, ਗੱਲ ਇਹ ਹੋਈ ਹੈ। ਮੇਰਾ ਨਾਮ ਵਿਕਾਸ ਹੈ। ਵਿਕਾਸ ਜੀ, ਕਿਆ ਦਿੱਕਤ ਪਰੇਸ਼ਾਨੀ ਆ ਰਹੀ? ਸਰ ਦਿੱਕਤ ਆ ਰਹੀ ਹੈ, ਅਸੀਂ ਰੋਜ਼ ਜ਼ੀਰਕਪੁਰ ਤੋਂ ਪਟਿਆਲਾ ਡੇਲੀ ਅਪ ਡਾਊਨ ਕਰਦੇ ਹਾਂ, ਕਈ ਮੇਰੇ ਵੀਰ ਭਾਈ ਹੋਰ ਰਾਜਪੁਰੇ ਵਾਲੇ ਵੀ ਖੜੇ ਨੇ, ਕਈ ਬਨੂੜ ਵਾਲੇ ਵੀ ਖੜੇ ਨੇ। ਜਿਹੜੀ ਸਵਾਰੀ ਨੇ ਰੋਜ਼ ਜਾਣਾ, ਇਹਨਾਂ ਨੇ ਇੱਕ ਨਵਾਂ ਰੂਲ ਪਾਸ ਕੀਤਾ ਹੈ, ਕਹਿੰਦੇ ਅਸੀਂ 52 ਬੰਦਿਆਂ ਤੋਂ ਉੱਪਰ ਲੈ ਕੇ ਨਹੀਂ ਜਾਵਾਂਗੇ, ਮਤਲਬ ਕਿ ਜਿੰਨੀ ਸਵਾਰੀਆਂ ਬੱਸ ਦੇ ਵਿੱਚ ਬੈਠੀਆਂ ਨੇ 19 ਹੀ ਜਾਣਗੀਆਂ, ਉਸ ਤੋਂ ਬਾਅਦ ਕੋਈ ਖੜਾ ਹੋਇਆ ਬੰਦਾ ਕੋਈ ਨਹੀਂ ਜਾਊਗਾ। ਤਾਂ ਅਸੀਂ ਸਿਰਫ ਇਹੀ ਸਲਿਊਸ਼ਨ ਚਾਹੁੰਦੇ ਹਾਂ ਭਾਅ ਜੀ ਕਿ ਜਿਹੜੇ ਬੰਦੇ ਖੜੇ ਨੇ ਉਹ ਕਿਵੇਂ ਜਾਣਗੇ, ਇਹਨਾਂ ਨੇ ਸਾਨੂੰ ਬੱਸਾਂ ਤੋਂ ਉਤਾਰਤਾ, ਸਾਨੂੰ ਤਾਂ ਇਸ ਚੀਜ਼ ਦਾ ਸਲਿਊਸ਼ਨ ਚਾਹੀਦਾ ਵਾ। ਇਹਨਾਂ ਨੇ ਬੱਸਾਂ ਕਾਪੇ ਆਪ ਖੜਾ
ਮਨਪ੍ਰੀਤ ਕੌਰ। ਮਨਪ੍ਰੀਤ ਜੀ, ਕਿਆ ਦਿੱਕਤ ਪਰੇਸ਼ਾਨੀ ਆ ਰਹੀ ਹੈ? ਸਾਨੂੰ ਦਿੱਕਤ ਇਹ ਹੋ ਰਹੀ ਹੈ ਵੀ ਜਿਹੜੀ ਬੱਸਿਸ ਹੈ ਪਹਿਲਾਂ ਹੀ ਸਰਵਿਸ ਘੱਟ ਹੈ, ਉੱਤੋਂ ਜਿਹੜਾ 52 ਸੀਟਾਂ ਦਾ ਅਲੋਟ ਕਰੇ ਇਹਨਾਂ ਨੇ ਖੁਦ ਤੋਂ, ਉਹਦੇ ਕਰਕੇ ਸਾਨੂੰ ਜਾਣ ਦੀ ਪਰੇਸ਼ਾਨੀ ਹੋ ਰਹੀ ਹੈ। ਸਵੇਰੇ ਲਈ ਆਉਣ ਦੀ ਪਰੇਸ਼ਾਨੀ ਹੈ, ਜਾਣ ਦੀ ਵੀ ਪਰੇਸ਼ਾਨੀ ਹੈ। ਰਸਤੇ ਦੀ ਸਵਾਰੀ ਨੂੰ ਮਤਲਬ ਲੈ ਨਹੀਂ ਰਹੇ ਕਿਉਂਕਿ ਬੱਸ ਸਾਨੂੰ ਲੈ ਨਹੀਂ ਰਹੇ, ਕਿਉਂਕਿ ਪਟਿਆਲੇ ਤੋਂ ਬੱਸ ਪਾਰ ਕੇ ਆ ਰਹੀ ਹੈ, ਚੰਡੀਗੜ੍ਹ ਤੋਂ ਬੱਸ ਪਾਰ ਕੇ ਆ ਰਹੀ ਹੈ, ਵਿੱਚ ਵਾਲੀ ਸਵਾਰੀ ਕਿੱਥੇ ਜਾਏਗੀ? ਆਪਣਾ ਰੂਲ, ਸਾਡਾ ਕੋਈ ਰੂਲ ਨਹੀਂ ਹੈ ਜੀ, ਮਤਲਬ ਸਰਕਾਰ ਨੇ ਕੁਝ ਨਹੀਂ ਨੋਟੀਫਿਕੇਸ਼ਨ ਕੀਤਾ, ਇਹ ਆਪਣਾ ਰੂਲ ਹੈ। ਭਾਈ ਸਾਹਿਬ, ਕੀ ਨਾਮ ਹੈ ਆਪਣਾ? ਹਾਂਜੀ, ਕੀ ਨਾਮ ਹੈ? ਹਿਮਾਂਸ਼ੂ। ਕੀ ਦਿੱਕਤ ਆ ਰਹੀ ਹੈ? 52 ਬੰਦਿਆਂ ਤੋਂ ਕਹਿੰਦੇ ਉੱਪਰ ਬੰਦਾ ਨਹੀਂ ਚੜਾਉਣਾ ਸੀ ਗੱਡੀ, ਤਾਂ ਕਰਕੇ ਸੜਕ ਜਾਮ ਕੀਤੀ।